ਹਾਂਜੀ ਸਰ, ਸਰਬ ਨੌਜਵਾਨ ਸਭਾ ਰਜਿਸਟਰਡ ਫਗਵਾੜਾ ਅਤੇ ਚੜ੍ਹਦੀ ਕਲਾ ਸਿੱਖ ਔਰਗਨਾਈਜੇਸ਼ਨ ਯੂਕੇ ਵੱਲੋਂ ਅੱਜ ਜਿਹੜਾ ਧੀਆਂ ਧਿਆਣੀਆਂ ਦਾ ਕਾਰਜ 34ਵਾਂ ਕਾਰਜ ਸੀਗਾ, ਉਸ ਦੇ ਵਿੱਚ ਪਹੁੰਚੀਆਂ ਪ੍ਰਮੁੱਖ ਸ਼ਖਸੀਅਤਾਂ ਦਾ, ਪਤਵੰਤੇ ਸੱਜਣਾਂ ਦਾ, ਪੱਤਰਕਾਰ ਵੀਰਾਂ ਦਾ, ਮੇਰੇ ਮੈਂਬਰ ਸਾਹਿਬਾਨਾਂ ਦਾ, ਬੱਚਿਆਂ ਦਾ, ਟੀਚਰ ਸਾਹਿਬਾਨਾਂ ਦਾ ਔਰ ਸ਼ਹਿਰ ਵਾਸੀਆਂ ਦਾ, ਸਾਰਿਆਂ ਦਾ, ਸਕੂਲ ਸਟਾਫ ਦਾ, ਗੁਰਦੁਆਰਾ ਸਾਹਿਬ ਦੇ ਵੱਲੋਂ ਪ੍ਰਬੰਧਕ ਕਮੇਟੀ ਦਾ, ਸਾਰਿਆਂ ਦੀਆਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ। ਜਿਹੜੇ ਵੀ ਸਾਡੇ ਸਿਆਸਤਦਾਨ, ਆਫਿਸਰ ਸਾਹਿਬਾਨ, ਜਿੰਨੇ ਵੀ ਪਤਵੰਤੇ ਸੱਜਣ ਨਾਲ ਪਹੁੰਚੇ ਨੇ, ਉਹਨਾਂ ਦੀਆਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆ। ਔਰ ਆਸ ਕਰਦੇ ਹਾਂ ਵੀ ਜਿਸ ਤਰ੍ਹਾਂ ਤੁਸੀਂ ਅੱਜ ਅਸ਼ੀਰਵਾਦ ਦਿੱਤਾ ਔਰ ਬਾਗੋ ਬਾਹ ਕਰ ਦਿੱਤਾ, ਕਿਉਂਕਿ ਇੰਨਾ ਇਕੱਠ ਸੀਗਾ, ਔਰ ਇਹਨਾਂ ਦੇ ਵੀਰਾਂ ਦਾ ਵੀ ਖਾਸ ਕਰਕੇ ਧੰਨਵਾਦ ਆ, ਜਿਨ੍ਹਾਂ ਦੇ ਵਿੱਚ ਸਾਡੇ ਅੱਜ ਮਹੀਏ ਸਾਹਿਬ ਨੇ ਵੀ, ਸੁਰਿੰਦਰ ਮਹੀਏ ਔਰ ਜੱਸੀ ਬੰਗਾ ਜੀ, ਸੁਰੇਸ਼ ਮੱਲਣ ਜੀ, ਸਾਰਿਆਂ ਦਾ ਜਿੰਨਿਆਂ ਨੇ ਵੀ ਸਾਡੇ ਨਾਲ ਸਹਿਯੋਗ ਕੀਤਾ ਉਹਨਾਂ ਦਾ ਧੰਨਵਾਦ ਆ। ਹੋਰ ਵੀ ਜਿਹੜੇ NRA ਵੀਰ ਨੇ, ਜਿੰਨੇ ਵੀ ਪਤਵੰਤੇ ਸੱਜਣ ਨੇ, ਸੁਰੇਸ਼ ਮੱਲਣ ਜੀ, ਰਣਜੀਤ ਮੱਲਣ ਜੀ, ਸਾਰਿਆਂ ਦਾ, ਅਮਰਜੀਤ ਭੋਗਲ ਜੀ, ਸਾਰਿਆਂ ਦਾ ਦਿਲ ਦੀਆਂ ਗਹਿਰਾਂ ਦਾ ਧੰਨਵਾਦ ਆ ਮੇਰੇ ਦਿਲ 'ਚੋਂ ਤੁਸੀਂ ਸਾਰੇ, ਕਿਉਂਕਿ ਤੁਸੀਂ ਇੱਦਾਂ ਅਸ਼ੀਰਵਾਦ ਦਿੰਦੇ ਹਾਂ ਕਿ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਅਸੀਂ ਹੋਰ ਜਿਹੜਾ ਤਕੜੇ ਹੋ ਕੇ ਕੰਮ ਕਾਹ ਤੋਂ ਕਰਦੇ ਹਾਂ। ਤੁਹਾਡਾ ਸਾਰਿਆਂ ਦਾ ਫਿਰ ਤੋਂ ਇੱਕ ਵਾਰੀ, ਜਿੰਨੇ ਵੀ ਇੱਥੇ ਇੱਕ ਇੱਕ ਕਦਮ ਚੱਲ ਕੇ ਉਹ ਸਾਡੇ ਸਿਰ ਮੱਥੇ ਆ, ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਫਿਰ ਤੋਂ ਇੱਕ ਵਾਰੀ ਬਹੁਤ ਬਹੁਤ ਧੰਨਵਾਦ। ਮੈਂ ਵੀ ਦੇਖ ਰਿਹਾ ਸ਼ਰਨ, ਮੈਂ ਵੀ ਦੇਖ ਲਵਾਂ। ਅੱਛਾ ਮੈਡਮ ਰਜਨੀ ਬਾਲਾ ਜੀ, ਮੈਡਮ ਰੀਨਾ ਖੋਸਲਾ ਜੀ। ਹਾਂਜੀ, ਮੇਰਾ ਨਾਮ ਵਿਨੋਦ ਕੁਮਾਰ ਚੁੰਬੜਾ ਜੀ, USA ਤੋਂ ਆਏ ਹਾਂ। ਔਰ ਮੈਂ ਅੱਜ ਫਸਟ ਟਾਈਮ ਇੱਥੇ ਆ ਕੇ ਦੇਖਿਆ ਕਿ ਜਿਸ ਤਰ੍ਹਾਂ ਕਿ ਸਰਬ ਨੌਜਵਾਨ ਸਭਾ ਨੇ ਜੋ ਇੱਥੇ ਗਰੀਬ ਘਰਾਂ ਦੇ ਲੜਕੀਆਂ ਦੇ ਵਿਆਹ ਦਾ ਅਰੇਂਜਮੈਂਟ ਕੀਤਾ ਹੈ ਵਧੀਆ ਤਰੀਕੇ ਨਾਲ, ਕਿਸ ਤਰ੍ਹਾਂ ਉਹਨਾਂ ਨੂੰ ਇਹ ਥੋੜ੍ਹਾ ਬਹੁਤ ਆਪਣੇ ਕੋਲੋਂ ਕੁਛ ਸਮਾਨ ਵੀ ਦਿੰਦੇ ਹਨ ਜੋ ਬੱਚਿਆਂ ਨੂੰ ਲੋੜ ਪੈਂਦੀ ਹੈ। ਔਰ ਇਟਸ ਅਮੇਜ਼ਿੰਗ, ਬਹੁਤ ਵੱਡਾ ਇੱਕ ਉਪਰਾਲਾ ਹੈ ਔਰ ਬਹੁਤ ਸੋਹਣਾ ਉਪਰਾਲਾ ਹੈ, ਤਾਂ ਜੋ ਕਿ ਕਿਸੇ ਵੀ ਹੋਰ ਲਾਈਫ ਨੂੰ ਇੰਪਰੂਵ ਕਰਨ ਵਾਸਤੇ, ਨੈਕਸਟ ਸਟੈਪ ਵਾਸਤੇ ਉਹਨਾਂ ਨੂੰ ਇਹ ਹੈਲਪ ਕਰ ਸਕਦੇ ਹਨ। ਇਹ ਬਹੁਤ ਵੱਡਾ ਕੌਜ਼ ਹੈ, ਸਭ ਨੂੰ ਬੇਨਤੀ ਕਰਾਂਗਾ ਥੋੜ੍ਹੀ ਬਹੁਤ ਜਿੰਨੀ ਵੀ ਕੰਟਰੀਬਿਊਸ਼ਨ ਤੁਸੀਂ ਸਾਰੇ ਕਰੋ, ਤਾਂ ਜੋ ਕਿ ਆਪਾਂ ਇਸ ਇੱਕ ਵਧੀਆ ਕੌਜ਼ ਨੂੰ ਕੰਟੀਨਿਊ ਰੱਖ ਸਕੀਏ। ਔਰ ਮੈਂ NDTV ਦਾ ਬਹੁਤ ਧੰਨਵਾਦ ਕਰਦਾ ਕਿ ਇਹ ਸਾਰਾ ਮੈਸੇਜ ਸਾਰੀਆਂ ਆਲ ਓਵਰ ਦਾ ਵਰਲਡ ਸਾਰਿਆਂ ਨੂੰ ਪਹੁੰਚਾਉਂਦੇ ਹਨ, ਔਰ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਨੌਜਵਾਨ ਸਭਾ ਨੂੰ ਬਹੁਤ ਸਾਰੀ ਮੁਬਾਰਕ ਵਧਾਈਆਂ। 8 ਲੜਕੀਆਂ ਦੀਆਂ ਸ਼ਾਦੀਆਂ, ਉਹਨਾਂ ਦੇ ਮੈਚ ਜਿਹੜੇ ਹੈਗੇ ਨੇ ਇਕੱਠੇ ਕਰਕੇ ਆਹ ਸਮਾਨ ਉਹਨਾਂ ਡੈਮੋ ਲਈ ਸਾਡੇ ਸਾਹਮਣੇ ਪਿਆਇਆ। ਔਰ ਮੈਂ ਆਪਣੇ ਵੱਲੋਂ, ਆਪਣੀ ਪਾਰਟੀ ਵੱਲੋਂ, ਮੇਰੇ ਬਹੁਤ ਸਾਰੇ ਸਾਥੀ ਪਾਰਟੀਸਪੇਟ ਮੇਰੇ ਨਾਲ ਖੜ੍ਹੇ ਨੇ, ਸੱਜੇ ਖੱਬੇ ਪ੍ਰਧਾਨ ਜੀ ਸਰ ਸੁਖਵਿੰਦਰ ਸਿੰਘ ਜੀ ਖੜ੍ਹੇ ਨੇ, ਉਹਨਾਂ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਕਿ ਬੜੇ ਉਪਰਾਲੇ ਦੇ ਨਾਲ ਉਹਨਾਂ ਨੇ ਆਪਣੀ ਮਾਇਆ ਨੂੰ ਸਫਲ ਕੀਤਾ। ਸਾਂਝੇ ਕੰਮਾਂ ਦੇ ਵਿੱਚ ਬਹੁਤ ਘੱਟ ਯੋਗਦਾਨ ਅਕਸਰ ਲੋਕ ਪਾਇਆ ਕਰਦੇ ਨੇ। ਮੈਨੂੰ 88 ਦੀ ਮਿਸਾਲ ਵੀ ਯਾਦ ਹੈ ਕਿ ਜਦੋਂ ਮੈਨੂੰ ਆਪ ਨੂੰ ਖੁਦ ਵੀ ਬਹੁਤ ਸਾਰਾ ਕੰਮ ਕਰਦਾ, ਇਹ ਬੜੀ ਖੁਸ਼ੀ ਪ੍ਰਾਪਤ ਹੋਈ ਸੀ। ਸੈਰ ਉਸੇ ਖੁਸ਼ੀ ਦਾ ਹੀ ਇਹ ਖੁਸ਼ੀ ਨੂੰ ਲੱਭ ਰਹੇ ਨੇ ਜਦੋਂ ਤੁਹਾਨੂੰ ਜਿਹੜੀ ਮਾਨਸਿਕ ਜਿਹੜੀ ਹੈ ਮੈਂਟਲੀ ਤੌਰ 'ਤੇ, ਦਿਮਾਗੀ ਤੌਰ 'ਤੇ ਖੁਸ਼ੀ ਪ੍ਰਾਪਤ ਹੁੰਦੀ ਹੈ ਜਦੋਂ ਤੁਸੀਂ ਗਰੀਬਾਂ ਦੇ ਕੰਮ ਕਰਦੇ ਹੋ। ਤੁਹਾਨੂੰ ਸੀਸ ਦਿੰਦੇ ਨੇ, ਉਹ ਦਿਲੋਂ ਸੀਸ ਦਿੰਦੇ ਨੇ, ਮਨੋਂ ਸੀਸ ਦਿੰਦੇ ਨੇ। ਕਈ ਵਾਰੀ ਇਹ ਤਾਂ ਹੁੰਦਾ ਕਿ ਉਹਨਾਂ ਦੀਆਂ ਜਿਹੜੀਆਂ ਨੈਚੁਰਲ ਨੇ ਉਹ ਤੁਹਾਡੇ ਤੁਹਾਨੂੰ ਦੁਆ ਕਰਦੀਆਂ ਨੇ ਕਿ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ। ਮੈਂ ਚੰਗੇ ਭੁੱਖੇ ਲਈ ਨੌਜਵਾਨ ਦੀ ਸਭਾ ਦੇ ਪ੍ਰਧਾਨ ਸੁਖਵਿੰਦਰ ਜੀ, ਉਹਨਾਂ ਦੇ ਸਾਥੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੱਤਾ ਕਿ ਤੁਸੀਂ ਨੇਕ ਕੰਮ ਕੀਤਾ। ਧੰਨਵਾਦ। ਜੈ ਹਿੰਦ। ਇੱਧਰ ਦੇਖੇ ਸਰ, ਸਾਰੇ ਸਾਲ ਵੀ ਸਰਬ ਨੌਜਵਾਨ ਸਭਾ ਵੱਲੋਂ ਜਿਹੜੇ ਜ਼ਰੂਰਤਮੰਦ ਬੇਟੀਆਂ ਦੀ ਅੱਜ ਸ਼ਾਦੀ ਹੋ ਰਹੀ ਆ, 34ਵੀਂ ਸਰਬ ਨੌਜਵਾਨ ਸਭਾ ਜਿਹੜੀਆਂ ਬੇਟੀਆਂ ਦੀ ਸ਼ਾਦੀ ਕਰ ਰਹੇ ਆ,
ਅਸੀਂ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ। ਵਾਕਈ ਹੀ ਜਿਹੜਾ ਸਰਵ ਨੌਜਵਾਨ ਸਭਾ ਇਹ ਵਾਕਈ ਹੀ ਸ਼ਹਿਰ ਦੇ ਵਿੱਚ ਸਮਾਜ ਸੇਵਕ ਹੋਰ ਜਿਹੜੀ ਕੰਮ ਬੇਟੀਆਂ ਨੂੰ ਪੜ੍ਹਾਉਣਾ ਕਰਨਾ, ਜਿਹੜਾ ਪ੍ਰਧਾਨ ਮੰਤਰੀ ਨੇ ਵੀ ਕਿਹਾ ਜੀ ਬੇਟੀ ਬਚਾਓ ਬੇਟੀ ਪੜ੍ਹਾਓ, ਉਹਦੇ ਵਿੱਚ ਵੀ ਇਹਦਾ ਹਿੱਸਾ ਵਾ। ਔਰ ਬੇਟੀਆਂ ਨੂੰ ਸਿੱਖਣ ਵਾਸਤੇ ਇੱਕ ਬੜਾ ਵਧੀਆ ਉਪਰਾਲਾ ਕੀਤਾ ਹੋਇਆ ਉਹਨਾਂ ਨੇ ਹਰਗੋਬਿੰਦ ਨਗਰ 'ਚ, ਸਾਡੇ ਮੰਤਰੀ ਸਾਹਿਬ ਜਿਹੜੇ ਸੋਮ ਸਿੰਘਾ ਜੀ ਨੇ ਸੈਂਟਰ ਤੋਂ ਰੁਪਈਆ ਲਿਆ ਕੇ ਇਸ ਸੰਸਥਾ ਨੂੰ ਬੜਾ ਪੈਸਾ ਦਿੱਤਾ ਸੀ। ਔਰ ਅੱਜ ਦੇ ਦਿਨ 'ਤੇ ਸਰਵ ਨੌਜਵਾਨ ਸਭਾ ਸਾਡੇ ਨਾਲ ਸੁਮਨ ਜੀ ਆ, ਬਲਰਾਮ ਜੀ ਆ, ਹੋਰ ਰਜਿੰਦਰ ਜੀ ਆ, ਹੈਪੀ ਜੀ ਆ, ਸਾਰੇ ਸਾਡੇ ਨਾਲ ਜੁੜੇ ਹੋਏ ਆ। ਤੋ ਮੈਂ ਅੱਜ ਦੇ ਦਿਨ 'ਤੇ ਆਪਣੇ ਵੱਲੋਂ ਸਰਵ ਨੌਜਵਾਨ ਸਭਾ ਜਿਹੜੀਆਂ ਜ਼ਰੂਰਤਮੰਦ ਪਰਿਵਾਰਾਂ ਦੀ ਸ਼ਾਦੀ ਬਹੁਤ ਇਹ ਪਰਿਵਾਰਾਂ ਨੂੰ ਮੈਂ ਆਪਣੇ ਵੱਲੋਂ ਬਹੁਤ ਬਹੁਤ ਵਧਾਈ ਦਿੰਦਾ, ਕਿਉਂਕਿ ਇਹ ਪਰਾਲਾ ਬਹੁਤ ਵੱਡਾ। ਤੋ ਆਪਣੇ ਵੱਲੋਂ ਅੱਜ ਦੇ ਦਿਨ 'ਤੇ ਬਹੁਤ ਬਹੁਤ ਵਧਾਈ। ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹੈਗੇ ਕਿ ਹਰ ਸਾਲ ਦੀ ਤਰ੍ਹਾਂ ਸਰਵ ਨੌਜਵਾਨ ਸਭਾ ਵੱਲੋਂ ਅੱਜ ਜਿਹੜੇ ਹੈਗੇ ਕੋਈ ਵਿਆਹ ਕਰਵਾਏ ਜਾ ਰਹੇ ਹੈਗੇ ਨੇ, ਔਰ ਇਹਨਾਂ ਵੱਲੋਂ ਚੌਥੀਵਾਂ ਜਿਹੜਾ ਸਾਲਾਨਾ ਸਮਾਗਮ ਹੈਗਾ, ਜਿਸ ਵਿੱਚ ਧੀਆਂ ਦੇ ਅਤੇ ਲੋੜਵੰਦ ਪਰਿਵਾਰਾਂ ਦੇ ਜਿਹੜੇ ਹੈਗੇ ਬੱਚੀਆਂ ਦੀ ਸ਼ਾਦੀ ਕੀਤੀ ਗਈ ਹੈ। ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਕਿ ਇਹ ਸਭਾ ਵੱਲੋਂ ਸਰਵ ਨੌਜਵਾਨ ਸਭਾ ਵੱਲੋਂ ਸੁਖਿੰਦਰ ਸਿੰਘ ਦੀ ਅਗਵਾਈ ਹੇਠ ਅਤੇ ਇਹਨਾਂ ਦੇ ਟੀਮ ਮੈਂਬਰਸ ਵੱਲੋਂ ਇੱਥੇ ਹਰ ਸਾਲ ਵਿਆਹ ਕਰਵਾਏ ਜਾਂਦੇ, ਉੱਥੇ ਹੀ ਵੱਖ ਵੱਖ ਹੋਰ ਤਰ੍ਹਾਂ ਦੇ ਕੰਮ ਜਿਹੜੇ ਹੈਗੇ ਆ ਬੱਚਿਆਂ ਨੂੰ ਜਿਹੜੀ ਸਕਿੱਲ ਡਿਵੈਲਪਮੈਂਟ ਕਰਵਾ ਕੇ ਦਿੰਦੇ ਹੈਗੇ ਨੇ। ਉਹ ਹਰ ਸਮੇਂ ਕੋਈ ਨਾ ਕੋਈ ਇਹ ਅਜਿਹੇ ਸਮਾਜਿਕ ਕੰਮ ਕਰਦੇ ਆ ਜਿਹਦੇ ਨਾਲ ਕਿ ਗਰੀਬ ਲੋੜਵੰਦ ਪਰਿਵਾਰਾਂ ਦਾ ਜਿਹੜਾ ਕਿਤੇ ਨਾ ਕਿਤੇ ਉਹਨਾਂ ਨਾਲ ਸਹਾਇਤਾ ਮਿਲਦੀ ਹੈਗੀ। ਕਰਕੇ ਇਸ ਸਭਾ ਵੱਲੋਂ ਜਿਹੜਾ ਹੈਗਾ ਹਕੀਕੀ ਤੌਰ 'ਤੇ ਜਿਹੜਾ ਹੈਗਾ ਸਮਾਜ ਦੇ ਸੇਵਾ ਦੇ ਕੰਮ ਕੀਤੇ ਜਾਂਦੇ ਹੈਗੇ। ਮੈਂ ਆਪਣੇ ਵੱਲੋਂ ਉਹ ਸਾਡੀ ਫਗਵਾੜਾ ਕਾਂਗਰਸ ਵੱਲੋਂ ਅਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦਾ ਉਹ ਇਹਨਾਂ 'ਤੇ ਇਸੇ ਤਰ੍ਹਾਂ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ, ਔਰ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਇਹ ਦੀਨ ਦੁਖੀਆਂ ਦੀ, ਲੋੜਵੰਦ ਪਰਿਵਾਰਾਂ ਦੀ ਅਤੇ ਸਮਾਜਿਕ ਤੌਰ 'ਤੇ ਇਸੇ ਤਰ੍ਹਾਂ ਸੇਵਾ ਕਰਦੇ। ਜੈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਵ ਨੌਜਵਾਨ ਸਭਾ ਬੜੇ ਲੰਬੇ ਸਮੇਂ ਤੋਂ ਵੱਡੇ ਪਰਉਪਕਾਰ ਕਰ ਰਹੇ ਹਨ, ਜਿੱਥੇ ਬੱਚੀਆਂ ਨੂੰ ਵਿੱਦਿਆ ਦਾਨ, ਸ਼ਿਕਸ਼ਾ ਦਾਨ, ਵੱਡਾ ਦਾਨ, ਮਹਾਂਕਲਿਆਣ, ਬੱਚੀਆਂ ਦੇ ਅੱਜ ਜੋ ਆਨੰਦ ਕਾਰਜ ਕੀਤੇ ਜਾਣੇ ਹਨ, ਮੈਨੂੰ ਬਹੁਤ ਵੱਡੀ ਖੁਸ਼ੀ ਹੈ। ਮੇਰਾ ਸ਼ਹਿਰ ਫਗਵਾੜੇ ਦੇ ਵਿੱਚ ਐਡੇ ਐਡੇ ਵੱਡੇ ਵੱਡੇ ਕਾਰਜ ਸਮਾਜ ਸੇਵੀ ਬੈਠੇ ਨੇ, ਬਾਹਰਲੀਆਂ ਕੰਟਰੀਆਂ ਦੇ ਜਿੰਨੇ ਵੀ ਨੌਜਵਾਨ ਨੇ ਜਾਂ ਸਾਡੇ ਵੀਰ ਭਰਾ ਨੇ ਉਹ ਇਸ ਸੰਸਥਾ ਨੂੰ ਬਹੁਤ ਵੱਡੀ ਮਦਦ ਕਰਦੇ ਨੇ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਇਸ ਸਰਵ ਨੌਜਵਾਨ ਸਭਾ ਨੂੰ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਮਨ ਕਰਕੇ, ਤਨ ਕਰਕੇ, ਧਨ ਕਰਕੇ ਇਹਨਾਂ ਦੇ ਨਾਲ ਸਮਾਵਾਂ ਕਰਨੀਆਂ ਚਾਹੀਦੀਆਂ। ਔਰ ਮੈਨੂੰ ਵੀ ਇੱਥੇ ਜਾਣ ਦਾ ਵਡਭਾਗਾ, ਅਣਮੁੱਲਾ ਸਮਾਂ ਪ੍ਰਾਪਤ ਹੋਇਆ, ਔਰ ਮੈਂ ਸਾਰਿਆਂ ਦਾ ਬਹੁਤ ਬਹੁਤ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ। ਉਹਨਾਂ ਸੱਜਣਾਂ ਦੇ ਧੰਨਵਾਦ ਜਿਹਨਾਂ ਨੇ ਦਾਨ ਕੀਤਾ, ਔਰ ਜਿੰਨੇ ਪ੍ਰਬੰਧਕ ਹੈ ਉਹਨਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਕਰਨ, ਬਹੁਤ ਬਹੁਤ ਧੰਨਵਾਦ। ਸਰਵ ਨੌਜਵਾਨ ਸਭਾ ਫਗਵਾੜਾ ਵੱਲੋਂ ਅੱਜ ਮਹਾਂਕੁੰਭ ਲੋੜਵੰਦ ਧੀਆਂ ਦੇ ਵਿਆਹ ਕੀਤੇ ਜਾ ਰਹੇ ਆ, ਔਰ ਬਹੁਤ ਹੀ ਖੁਸ਼ੀ ਦਾ ਮੌਕਾ ਵਾ ਕਿ ਸਰਵ ਨੌਜਵਾਨ ਸਭਾ ਨੇ ਇਤਿਹਾਸ ਰਚਿਆ ਵਾ। ਪਿਛਲੇ 34 ਸਾਲ ਤੋਂ ਲਗਾਤਾਰ ਧੀਆਂ ਦੇ ਵਿਆਹ ਕਰਦੀ ਆ ਰਹੀ ਆ, ਔਰ ਲੜਕੀਆਂ ਲਈ ਹੋਰ ਜਿੰਨੇ ਵੀ ਕਾਰਜ ਕਰਦੀ ਆ ਉਹ ਬਹੁਤ ਸ਼ਲਾਘਾਯੋਗ ਆ। ਔਰ ਸਾਰੇ ਹੀ ਦੇਸ਼ ਦੇ ਵਿੱਚ ਇੱਕ ਬਹੁਤ ਵੱਡਾ ਮੈਸੇਜ ਦਿੱਤਾ ਇਹਨਾਂ ਨੇ ਕਿ ਇਹ ਸਭਾ ਜਿਹੜੀ ਆ ਸਾਰੇ ਹੀ ਰਾਜਨੀਤਿਕ ਅਦਾਰਿਆਂ ਨੂੰ, ਧਾਰਮਿਕ ਸੰਸਥਾਨਾਂ ਨੂੰ ਔਰ ਸਮਾਜਿਕ ਜਿੰਨੇ ਵੀ ਅਦਾਰੇ ਹੈਗੇ ਆ ਉਹਨਾਂ ਨੂੰ ਇਕੱਠੇ ਕਰਕੇ ਆਪਣੀ ਟੀਮ ਦੇ ਨਾਲ ਲੈ ਕੇ ਚੱਲਦੇ ਆ।
ਔਰ ਬਹੁਤ ਵੱਡਾ ਸੁਨੇਹਾ ਦਿੱਤਾ ਕਿ ਜਿੱਥੇ ਅੱਜ ਇਕੱਠੇ ਹੋਣ ਦੀ ਲੋੜ ਆ, ਇਹ ਸੁਨੇਹਾ ਜਿਹੜਾ ਹੈਗਾ ਰਾਜਨੀਤਿਕ ਅਦਾਰਿਆਂ ਨੂੰ ਸਮਝ ਲੈਣਾ ਚਾਹੀਦਾ ਔਰ ਬਾਕੀ ਲੋਕਾਂ ਨੂੰ ਸਮਝ ਲੈਣਾ ਚਾਹੀਦਾ। ਆਓ ਇਕੱਠੇ ਹੋ ਕੇ ਧੀਆਂ ਦੇ ਦੁੱਖਾਂ 'ਚ ਖੜੇ ਹੋਈਏ, ਉਹਨਾਂ ਦੇ ਕਾਰਜ ਕਰੀਏ, ਔਰ ਬਹੁਤ ਵੱਡਾ ਕਾਰਜ ਜਿਹੜਾ ਅੱਜ ਇਹਨਾਂ ਨੇ ਕੀਤਾ ਵਾ, ਉਹਦੇ ਲਈ ਜਿੰਨੀ ਵੀ ਇਹਨਾਂ ਦੀ ਸ਼ਲਾਘਾ ਕੀਤੀ ਜਾਵੇ ਬਹੁਤ ਘੱਟ ਆ। ਔਰ ਹਾਂਜੀ, ਅੱਜ ਦੇ ਇਸ ਸ਼ੁਭ ਦਿਹਾੜੇ 'ਤੇ ਜਿੱਥੇ ਕਿ ਸਾਮੂਹਿਕ ਵਿਵਾਹ ਕਰਾਇਆ ਜਾ ਰਿਹਾ ਹੈ, ਉੱਥੇ ਆ ਕੇ ਅੱਜ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਸ ਸ਼ੁਭ ਕੰਮ ਦੇ ਵਿੱਚ ਮੇਰਾ ਵੀ ਵਿੱਚ ਯੋਗਦਾਨ ਹੈ। ਤੋ ਮੇਰਾ ਸਾਰੇ ਬੱਚਿਆਂ ਲਈ ਔਰ ਉਹਨਾਂ ਦੇ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ। ਮੈਂ ਚਾਹੁੰਦੀ ਹਾਂ ਕਿ ਇਹ ਜਿਹੜਾ ਸਰਵ ਨੌਜਵਾਨ ਸਭਾ ਜਿਹੜੀ ਹੈਗੀ ਕੰਮ ਕਰਦੀ ਆ ਰਹੀ ਹੈਗੀ, ਬਹੁਤ ਸਾਰੇ ਸੋਸ਼ਲ ਇਸ਼ੂਜ਼ ਦੇ ਉੱਤੇ ਕੰਮ ਕਰ ਰਹੇ ਹੈਗੇ, ਇਹ ਇਹਨਾਂ ਦਾ ਹਮੇਸ਼ਾ ਚੱਲਦਾ ਰਹੇ। ਔਰ ਸੋਸਾਇਟੀ ਨੂੰ ਮੈਂ ਇਹ ਪੁਰਜ਼ੋਰ ਸਿਫਾਰਿਸ਼ ਕਰੂੰਗੀ ਕਿ ਇਹਨਾਂ ਦੀ ਹੈਲਪ ਜਿੰਨੀ ਹੋ ਸਕੇ ਜ਼ਰੂਰ ਕਰਿਆ ਕਰਾਂ। ਥੈਂਕ ਯੂ। ਅੱਜ ਸਰਵ ਨੌਜਵਾਨ ਸਭਾ ਵੱਲੋਂ ਜਿਹੜੇ ਹਰ ਸਾਲ ਗਰੀਬ ਲੜਕੀਆਂ ਦੇ ਵਿਆਹ ਕਰਦੇ ਆ, ਅੱਜ ਇਹਨਾਂ ਦਾ 34ਵਾਂ ਜਿਹੜਾ ਵਿਆਹ ਸਮਾਰੋਹ ਆ, ਮੈਨੂੰ ਅੱਜ ਇੱਥੇ ਆਉਣ 'ਤੇ ਪਤਾ ਲੱਗਾ ਵੀ ਅੱਜ ਜਿਹੜੇ 8 ਗਰੀਬ ਲੜਕੀਆਂ ਦੇ ਵਿਆਹ ਕਰਨ ਜਾ ਰਹੇ ਆ ਇਹ, ਤਾਂ ਮੈਨੂੰ ਇਹਨਾਂ ਦਾ ਇਹ ਜਿਹੜੇ ਆ ਸਰਵ ਨੌਜਵਾਨ ਸਭਾ ਵਾਲੇ ਆ ਬਹੁਤ ਤਹਿ ਦਿਲੋਂ ਆਪਣਾ ਜਿਹੜਾ ਕੰਮ ਕਰਦੇ ਰਹੇ ਆ। ਇਹ ਜ਼ਰੂਰੀ ਨਹੀਂ ਵੀ ਵਿਆਹ ਦਾ ਕੰਮ ਵੀ ਕਰਦੇ, ਹੋਰ ਵੀ ਸ਼ਹਿਰ ਦੇ ਵਿੱਚ ਲਗਾਤਾਰ ਸਹਿਯੋਗ ਦੇ ਰਹੇ ਆ ਔਰ ਲਗਾਤਾਰ ਕੰਮ ਕਰਦੇ ਆ ਰਹੇ ਆ। ਮੈਂ ਇਹਨਾਂ ਨੂੰ ਤਾਂ ਬਹੁਤ ਸ਼ੁਕਰਗੁਜ਼ਾਰ ਕਰਦੀ ਹਾਂ ਕਿ ਇਹ ਜਿਹੜੇ ਭਲਾਈ ਦੇ ਕੰਮਾਂ ਦੇ ਵਿੱਚ ਲੱਗੇ ਰਹੇ ਆ, ਤਾਂ ਮੈਂ ਆਸ ਕਰਦੀ ਹਾਂ ਕਿ ਅੱਗੇ ਤੋਂ ਇਹ ਪਰਮਾਤਮਾ ਇਹਨਾਂ ਨੂੰ ਇਹੋ ਜਿਹੇ ਕੰਮ ਕਰਨ ਦੀ ਸਮਰੱਥਾ ਬਖਸ਼ੇ। ਨੌਜਵਾਨ ਸਭਾ ਜੋ ਪਿਛਲੇ ਕਿੰਨੇ ਸਮੇਂ ਤੋਂ ਵਿਆਹਾਂ ਦੀ ਤਿਆਰੀ ਕਰ ਰਹੀ ਸੀ, ਅੱਜ ਉਸ ਭਾਗਾਂ ਦਿਨ ਆ ਗਿਆ ਹੈ ਅਤੇ ਅੱਜ 34ਵਾਂ ਜਿਹੜਾ ਸਾਲਾਨਾ ਸਮਾਗਮ ਕੀਤਾ ਜਾ ਰਿਹਾ ਹੈ, 8 ਜੋੜੇ ਜਿਹੜੇ ਇੱਥੇ ਪਹੁੰਚ ਚੁੱਕੇ ਆ, ਬਰਾਤਾਂ ਪਹੁੰਚ ਚੁੱਕੀਆਂ ਹਨ, ਅਤੇ ਬਹੁਤ ਹੀ ਵੱਡਾ ਉਤਸ਼ਾਹ ਹੈ ਸਾਰੀ ਟੀਮ ਦੇ ਵਿੱਚ। ਅਸੀਂ ਸਾਰੇ ਰਲ ਮਿਲ ਕੇ ਇਸ ਜਿਹੜਾ ਪੂਰਾ ਕਰਨਾ ਚਾਹ ਰਹੇ ਹਾਂ ਇਸ ਸਮਾਗਮ ਨੂੰ, ਅਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਾਰਿਆਂ ਦੇ ਵਿੱਚ ਇੱਦਾਂ ਹੀ ਇਹ ਉੱਦਮ ਬਖਸ਼ੇ ਅਤੇ ਇਹ ਪ੍ਰੋਗਰਾਮ ਅਸੀਂ ਕਰਦੇ ਰਹੀਏ। ਧੰਨਵਾਦ। ਵਿਧਾਨ ਸਭਾ ਜਿਹੜੀ ਪਿਛਲੇ 34 ਸਾਲ ਤੋਂ ਇਹ ਸਮਾਜ ਸੇਵੀ ਕੰਮ ਕਰ ਰਹੀ ਆ, ਅੱਜ ਜਿਹੜੇ ਲੜਕੀਆਂ ਦੇ ਸਮੂਹਿਕ ਵਿਆਹ ਕੀਤੇ ਜਾ ਰਹੇ ਆ, ਉਹਨਾਂ 'ਤੇ ਮੈਂ ਨੌਜਵਾਨ ਸਭਾ ਜਿਹੜੀ ਆ ਉਸਨੂੰ ਮੁਬਾਰਕਬਾਦ ਦਿੰਦਾ ਔਰ ਕਾਮਨਾ ਕਰਦਾ ਕਿ ਇਹ ਜਿਹੜੀ ਨੌਜਵਾਨ ਸਭਾ ਆ, ਸਰਵ ਨੌਜਵਾਨ ਸਭਾ, ਇਸੇ ਤਰ੍ਹਾਂ ਆਪਣੀ ਲਗਨ ਦੇ ਨਾਲ ਇਹ ਕੰਮ ਕਰਦੇ ਰਹਿਣ ਸਮਾਜ ਸੇਵੀ। ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਪ੍ਰੋਜੈਕਟ ਤਕਰੀਬਨ ਸਾਲ ਦੇ ਵਿੱਚ ਬਹੁਤ ਸਾਰੇ ਕੀਤੇ ਜਾਂਦੇ ਆ, ਔਰ ਅਸੀਂ ਸਾਰੇ ਹੀ ਕਾਮਨਾ ਕਰਦੇ ਹਾਂ ਕਿ ਸਾਰੇ ਇਹ ਸਰਵ ਨੌਜਵਾਨ ਸਭਾ ਜਿਹੜੀ ਆ ਉਹ ਮਿਲ ਕੇ ਇਸ ਤਰ੍ਹਾਂ ਦੇ ਜਿਹੜੇ ਕਾਰਜ ਸੁਸਾਇਟੀ ਦੇ ਲਈ ਕਰਨੇ ਆ ਉਹਨਾਂ ਨੂੰ ਕਰਦੇ ਰਹਿਣ ਔਰ ਸਮਾਜ ਦੇ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਰਹਿਣ। ਇਸ ਦੇ ਨਾਲ ਮੈਂ ਉਹਨਾਂ ਦਾ ਇੱਕ ਵਾਰ ਫਿਰ ਧੰਨਵਾਦ ਕਰਦਾ ਹਾਂ ਸਰਵ ਨੌਜਵਾਨ ਸਭਾ। ਹਾਂਜੀ ਸਰ, ਅੱਜ ਦਾ ਜਿਹੜਾ ਅੱਜ ਸਰਵ ਨੌਜਵਾਨ ਸਭਾ ਫਗਵਾੜਾ ਵੱਲੋਂ ਲੜਕੇ ਲੜਕੀਆਂ ਦੇ ਜਿਹੜੇ ਵਿਆਹ ਕਰਵਾਏ ਜਾ ਰਹੇ ਆ ਉਹਦੇ ਸਮਾਜ ਇਕੱਠੇ ਹੋਏ ਆ, ਜੋ ਬਹੁਤ ਹੀ ਵਧੀਆ ਉਪਰਾਲਾ ਆ। ਸਿਕੰਦਰ ਭਾਅ ਜੀ ਪ੍ਰਧਾਨ ਸਾਹਿਬ ਜਿਹੜਾ ਇਹ ਉਪਰਾਲਾ ਹਰ ਸਾਲ ਕਰਦੇ ਆ ਅਤੇ ਇਹ ਬੜਾ ਸਲਾਹਣਯੋਗ ਆ ਕਿ ਜਿਹਦੇ ਨਾਲ ਗਰੀਬ ਪਰਿਵਾਰ ਦੇ ਲੜਕੇ ਲੜਕੀਆਂ ਜਿਹੜੇ ਆ ਉਹਦੇ ਵਿਆਹ ਕੀਤੇ ਜਾਂਦੇ ਆ। ਅੱਜ ਸਰਵ ਨੌਜਵਾਨ ਸਭਾ ਵੱਲੋਂ 8 ਜ਼ਰੂਰਤਮੰਦ ਲੜਕੀਆਂ ਦਾ ਆਨੰਦ ਕਾਰਜ ਕਰਵਾਏ ਜਾ ਰਹੇ ਹਨ। ਜਿਹੜੀਆਂ ਲੜਕੀਆਂ ਜਿੱਥੋਂ ਵੀ ਦੂਰੋਂ ਨੇੜਿਓਂ ਆਏ ਹੋਏ ਹਨ, ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ, ਉਹਨਾਂ ਦੇ ਮਾਂ ਬਾਪ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਸਰਵ ਨੌਜਵਾਨ ਸਭਾ ਨੇ ਇੱਕ ਬੜਾ ਹੀ ਚੰਗਾ ਉਪਰਾਲਾ ਕੀਤਾ ਹੈ, ਸਾਰੀਆਂ ਹੀ ਲੜਕੀਆਂ ਨੂੰ ਜ਼ਰੂਰਤਮੰਦ ਦੀਆਂ ਜੋ ਜੋ ਰੋਜ਼ਮਰਾ ਦੀਆਂ ਚੀਜ਼ਾਂ ਜ਼ਰੂਰਤ ਪੈਂਦੀ ਹੈ ਉਹ ਚੀਜ਼ਾਂ ਸਾਰੀਆਂ ਹੀ ਉਹਨਾਂ ਲੜਕੀਆਂ ਨੂੰ ਦਿੱਤੀਆਂ, ਜਿੱਦਾਂ ਬੈੱਡ ਹੈ, ਬਿਸਤਰੇ ਆ, ਭਾਂਡੇ ਆ, ਸਿਲਾਈ ਮਸ਼ੀਨ ਹੈ, ਹਰ ਚੀਜ਼ਾਂ ਜਿਹੜੇ ਆ, ਫਰਨੀਚਰ ਹੈ,
ਹਰ ਸਮਾਨ ਜ਼ਰੂਰਤ ਅਨੁਸਾਰ ਸਾਰਾ ਹੀ ਲੜਕਿਆਂ ਨੂੰ ਦਿੱਤਾ ਗਿਆ ਹੈ। ਸਾਰੇ ਸਮੂਹ ਫਗਵਾੜਾ ਨਿਵਾਸੀਆਂ ਵੱਲੋਂ ਬਹੁਤ ਬਹੁਤ ਇਸ ਵੱਧ ਚੜ੍ਹ ਕੇ ਹਿੱਸਾ ਪਾਇਆ ਹੈ। ਮੈਂ ਸਾਰਿਆਂ ਵੱਲੋਂ ਇਸ ਸਰ ਨੌਜਵਾਨ ਸਭਾ ਵੱਲੋਂ ਸਾਰੇ ਹੀ ਜਿਹੜੀਆਂ ਆਈਆਂ ਲੜਕੀਆਂ ਨੇ ਉਹਨੂੰ ਆਸ਼ੀਰਵਾਦ ਦਿੰਦਾ ਹਾਂ। ਬਹੁਤ ਬਹੁਤ ਪਿਆਰ ਸਤਿਕਾਰ, ਪਰਮਾਤਮਾ ਅੱਗੇ ਅਰਦਾਸ ਹੈ ਕਿ ਜੋੜੀਆਂ ਸਦਾ ਸਲਾਮਤ ਰਹਿਣ। ਅੱਜ ਫਗਵਾੜਾ ਸ਼ਹਿਰ ਲਈ ਇੱਕ ਮਾਣ ਵਾਲੀ ਗੱਲ ਹੈ ਕਿ ਸਰਬ ਨੌਜਵਾਨ ਸਭਾ ਜਿੱਦਾਂ ਹਰ ਸਾਲ ਗਰੀਬ ਬੱਚਿਆਂ ਦੇ ਵਿਆਹਾਂ 'ਤੇ ਬਹੁਤ ਖਰਚਾ ਕਰਦੀ ਹੈ ਅਤੇ ਉਹਨਾਂ ਦੀ ਹੈਲਪ ਕਰਦੀ ਹੈ। ਅੱਜ ਉਹ ਦਿਹਾੜਾ ਆ ਗਿਆ ਹੈ। ਅੱਜ ਦਾਸ ਨੂੰ ਵੀ ਇਸ ਸਭਾ ਵਿੱਚ ਇਸ ਵਿਆਹਾਂ 'ਤੇ ਸ਼ਿਰਕਤ ਹੋਣ ਦਾ ਮੌਕਾ ਮਿਲਿਆ ਹੈ ਅਤੇ ਮੈਂ ਸੁਖਵਿੰਦਰ ਸਾਡੇ ਜਿਹੜੇ ਪ੍ਰਧਾਨ ਜੀ ਨੇ ਅਤੇ ਉਹਨਾਂ ਦੀ ਟੀਮ ਨੂੰ ਬਹੁਤ ਬਹੁਤ ਮੁਬਾਰਕ ਦੇਣਾ ਚਾਹੁੰਦਾ, ਮੁਬਾਰਕਬਾਦ ਦੇਣਾ ਚਾਹੁੰਦਾ ਕਿ ਅੱਜ ਇਹਨਾਂ ਨੇ 8 ਕੁੜੀਆਂ ਦੇ ਵਿਆਹ ਇੱਥੇ ਰਚਾਏ ਆ, ਸਮੂਹਕ ਵਿਆਹ ਹੋ ਰਹੇ ਆ। ਫਗਵਾੜਾ ਲਈ ਇਹ ਮਾਣ ਵਾਲੀ ਗੱਲ ਹੈ ਕਿ ਇੱਦਾਂ ਦੀਆਂ ਸੰਸਥਾਵਾਂ ਮਾਨਵਤਾ ਦੀ ਸੇਵਾ ਕਰ ਰਹੀਆਂ, ਮਨੁੱਖਤਾ ਦੀ ਸੇਵਾ ਕਰ ਰਹੀਆਂ ਅਤੇ ਮੈਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਹਾਂ ਕਿ ਇਹ ਪਰਮਾਤਮਾ ਇਹਨਾਂ ਨੂੰ, ਇਸ ਟੀਮ ਨੂੰ, ਸਰਬ ਨੌਜਵਾਨ ਸਭਾ ਦੀ ਸਾਰੀ ਟੀਮ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ। ਇਹਨਾਂ 'ਤੇ ਮਿਹਰ ਭਰੇ ਹੱਥ ਇੱਦਾਂ ਹੀ ਰੱਖੇ ਤਾਂ ਕਿ ਇਹ ਇੱਦਾਂ ਹੀ ਬੱਚਿਆਂ ਦੇ, ਚਾਹੇ ਉਹ ਸਿਲਾਈ ਦਾ ਕੰਮ ਹੋਵੇ, ਚਾਹੇ ਸਿਲਾਈ ਕਢਾਈ ਦਾ ਕੰਮ ਹੋਵੇ, ਪੜ੍ਹਾਈ ਦਾ ਕੰਮ ਹੋਵੇ, ਕੰਪਿਊਟਰ ਕੋਰਸਿਸ ਦੀ ਗੱਲ ਹੋਵੇ, ਤਾਂ ਇੱਦਾਂ ਹੀ ਇਹਨਾਂ ਦੀ ਸੇਵਾ ਕਰਦੇ ਰਹਿਣ। ਇਹਨਾਂ 'ਤੇ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਜੀ। ਬਹੁਤ ਹਾਂਜੀ ਸਰ, ਸਰਬ ਨੌਜਵਾਨ ਸਭਾ ਫਗਵਾੜਾ ਅਤੇ ਚੜ੍ਹਦੀ ਕਲਾ ਸਿੱਖ ਆਰਗੇਨਾਈਜੇਸ਼ਨ UK ਦੇ ਵੱਲੋਂ ਜਿਹੜਾ ਲੰਬੇ ਸਮੇਂ ਤੋਂ ਕਾਫੀ ਵਧੀਆ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਕਿ ਗਰੀਬ ਲੜਕੀਆਂ ਦੀ ਸ਼ਾਦੀਆਂ ਹਰ ਸਾਲ ਇਹ ਘਰ ਆਉਂਦੇ ਆ ਔਰ ਹਰ ਸਾਲ ਹੀ ਇਹਨਾਂ ਦੇ ਕਾਰਜਕ੍ਰਮ 'ਚ ਮੈਨੂੰ ਵੀ ਸ਼ਮੂਲੀਅਤ ਹੋਣ ਦਾ ਸੁਭਾਗਿਆ ਪ੍ਰਾਪਤ ਹੁੰਦਾ। ਅੱਜ ਜਿੱਥੇ ਕਿਸੇ ਦੇ ਕੋਲ ਕਿਸੇ ਦੇ ਲਈ ਟਾਈਮ ਨਹੀਂ ਹੈ, ਆਪਣੇ ਮਾਂ ਬਾਪ ਭੈਣ ਭਰਾ ਦੇ ਵਾਸਤੇ ਵੀ ਕਿਸੇ ਕੋਲ ਟਾਈਮ ਨਹੀਂ ਹੈ, ਰਿਸ਼ਤੇ ਚਿੱਟੇ ਜਿਹੜਾ ਖੂਨ ਚਿੱਟਾ ਹੋ ਗਿਆ ਔਰ ਉੱਥੇ ਜਿੱਥੇ ਅੱਜ ਕਿਸੇ ਦੇ ਕੋਲ ਕਿਸੇ ਲਈ ਟਾਈਮ ਨਹੀਂ, ਭਰਾ ਭਰਾ ਦਾ ਵੈਰੀ ਹੋ ਗਿਆ, ਕਿਸੇ ਦੇ ਲਈ ਕਿਸੇ ਕੋਲ ਸਮਾਂ ਨਹੀਂ ਹੈ ਨਾ ਪੈਸਾ ਹੈ, ਪਰ ਉੱਥੇ ਜਿਹੜੀ ਸਰਬ ਨੌਜਵਾਨ ਸਭਾ ਜਿਹੜੀ ਹੈ ਲੰਬੇ ਸਮੇਂ ਤੋਂ ਜਿਹੜੀ ਹੈ ਆਪਣਾ ਤਾਂ ਕੰਮ ਕਰਦੇ, ਨਾਲ ਨਾਲ ਲੋਕਾਂ ਦੀ ਸੇਵਾ ਜਿਹੜਾ ਹੈ ਸੇਵਾ ਭਾਵਨਾ ਕੰਮ ਕਰਦੇ ਆ। ਇਹ ਉਪਰਾਲਾ ਇੱਕ ਬਹੁਤ ਵੱਡਾ ਉਪਰਾਲਾ ਹੈ ਔਰ ਇਹ ਮੈਂ ਕਹਿੰਦਾ ਕਿ ਜਿਹੜੀ ਸੱਚੀ ਮੈਂ ਤਾਂ ਕਹਾਂਗਾ ਕਿ ਇਬਾਦਤ ਜਿਹੜੀ ਆ ਉਹ ਸੱਚੀ ਇਬਾਦਤ ਇਹ ਹੈ ਕਿ ਲੋਕਾਂ ਦੀ ਸੇਵਾ ਕਰਨੀ ਹੈ ਔਰ ਇਸ ਸੇਵਾ ਭਾਵ ਦੇ ਵਿੱਚ ਪੂਰੀ ਜਿੰਨੇ ਵੀ ਨੌਜਵਾਨ ਜਿਹੜੀ ਸਰਬ ਨੌਜਵਾਨ ਸਭਾ ਦੇ ਸਾਰੇ ਸਦੱਸਿਆ ਔਰ ਉਹਨਾਂ ਦੇ ਲਈ ਅਸੀਂ ਅਰਦਾਸ ਬੇਨਤੀ ਕਰਾਂਗੇ ਕਿ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਔਰ ਇਸੇ ਤਰ੍ਹਾਂ ਹੀ ਉਹ ਸੇਵਾ ਕਰਦੇ ਰਹਿਣ। ਧੰਨਵਾਦ ਵੱਲੋਂ ਅੱਜ ਬਹੁਤ ਹੀ ਵੱਡੇ ਪਰਪਾਰ ਦਾ ਸਾਰ ਜਿਹੜਾ ਹੈ ਕੀਤਾ ਜਾ ਇਹਨਾਂ ਵੱਲੋਂ ਜਿਹੜੇ ਕਿ ਸਿੱਧ ਆਪ ਦੀ ਸੰਸਥਾ ਹੈ, ਇੱਕ NGO ਹੈ, ਹੋਰ ਬਹੁਤ ਸਾਰੇ ਕਾਰਜ ਜਿਹਨਾਂ ਦੇ ਵਿੱਚ ਬੱਚੀਆਂ ਨੂੰ ਵੋਕੇਸ਼ਨਲ ਸਿੱਖਿਆ ਦੇਣ ਦਾ ਵੀ ਸ਼ਾਮਲ ਹੈ, ਉਸ ਵੱਲੋਂ ਇਹੋ ਜਿਹਾ ਕਾਰਜ ਕਰਕੇ ਜ਼ਮੀਨੀ ਪੱਧਰ ਸਾਰੇ ਨਾਲ ਜੁੜਿਆ ਜਾ ਰਿਹਾ। ਤੋ ਮੈਂ ਅੱਜ ਇਸ ਮੁਬਾਰਕ ਤੇ ਇਹ ਸੰਸਥਾ ਦੀ ਪ੍ਰਸ਼ੰਸਾ ਕਰਦਾ ਔਰ ਆਸ ਰੱਖਦਾ ਕਿ ਇਸ ਕਾਰਜ ਨੂੰ ਵੀ ਨਿਰੰਤਰ ਜਾਰੀ ਰੱਖਣਗੇ। ਬਹੁਤ ਬਹੁਤ ਧੰਨਵਾਦ। ਅੱਜ ਸਰਬ ਨੌਜਵਾਨ ਸਭਾ ਫਗਵਾੜਾ ਵੱਲੋਂ 34ਵਾਂ ਜਿਹੜਾ ਧੀਆਂ ਦਾ ਵਿਆਹ ਸਮਾਗਮ ਆ ਉਹ
ਰੱਖਿਆ ਗਿਆ। ਖੁਸ਼ੀ ਦਾ ਮੌਕਾ ਵਾ ਉਹ ਲੋੜਵੰਦ ਧੀਆਂ ਦੇ ਮਾਪੇ ਬਣ ਕੇ ਬਣ ਕੇ ਔਰ ਉਹਨਾਂ ਦੇ ਪਰਿਵਾਰਿਕ ਮੈਂਬਰ ਬਣ ਕੇ ਅੱਜ ਇਹ ਕਾਰਜ ਕਰ ਰਿਹਾ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਹਨਾਂ ਦਿਨ ਦੁੱਗਣੀ ਰਾਤ ਚੌਕ ਦੀ ਤਰੱਕੀ ਸਰਵ ਨੌਜਵਾਨ ਸਭਾ ਦੀ ਸਾਰੀ ਟੀਮ ਪ੍ਰਧਾਨ ਮੰਤਰੀ ਜੀ ਦਾ ਬਹੁਤ ਵੱਡਾ ਉਪਰਾਲਾ ਜੇ ਬਹੁਤ ਨੇਕ ਦਿਲੀ ਦੇ ਇਸ ਮਿਸ਼ਨ ਵਿੱਚ ਲੱਗੇ ਹੋਏ ਆ। ਔਰ ਮੈਂ ਸਮਾਜ ਨੂੰ ਬੇਨਤੀ ਕਰਦਾ ਕਿ ਇਹ ਸਭਾ ਦਾ ਜਿੰਨਾ ਸਾਥ ਦੇਈਏ ਬਹੁਤ ਘੱਟ ਆ, ਕਿਉਂਕਿ ਇਹ ਲੋਕ ਜਿਹੜੇ ਆਪਣਾ ਟਾਈਮ ਕਰਕੇ ਆਪਣੇ ਬੱਚੇ ਇਸ ਸਭਾ ਨੂੰ ਦੇ ਰਹੇ ਆ, ਲੋਕਾਂ ਦੇ ਲੇਖੇ ਲਾ ਰਹੇ ਆ, ਲੋਕਾਂ ਨੂੰ ਸੁਨੇਹਾ ਦੇ ਰਹੇ ਆ ਕਿ ਇੱਕ ਮੰਚ ਦੇ ਉੱਪਰ ਇਕੱਠੇ ਹੋ ਕੇ ਸਮਾਜ ਦੇ ਜਿਹੜੇ ਨੇਕ ਕਾਰਜ ਕਰੀਏ, ਰਾਜਨੀਤੀ ਤੋਂ ਉੱਪਰ ਉੱਠ ਕੇ ਅਲੱਗ ਅਲੱਗ ਪਾਰਟੀਆਂ ਜਿਹੜੀਆਂ ਉਹਨਾਂ ਨੂੰ ਇਕੱਠੇ ਕਰਕੇ ਲੋਕਾਂ ਨੂੰ ਸੁਨੇਹਾ ਕਿ ਸਾਡੀ ਜਿਹੜੀ ਟੀਮ ਆ ਸਮਾਜ ਦੇ ਹਰ ਇੱਕ ਅੰਗ ਦੇ ਨਾਲ ਬਣਦੀ ਆ, ਚਾਹੇ ਉਹ ਰਾਜਨੀਤਿਕ ਪਾਰਟੀਆਂ ਹੋਣ, ਚਾਹੇ ਉਹ ਸਮਾਜਿਕ ਅਦਾਰੇ ਹੋਣ, ਚਾਹੇ ਕੋਈ ਧਾਰਮਿਕ ਅਦਾਰਾ ਹੋਵੇ, ਅਸੀਂ ਇਕੱਠੇ ਹੋ ਕੇ ਚੱਲਦੇ ਹਾਂ। ਇਹ ਸਾਡਾ ਸਾਰਾ ਪਰਿਵਾਰ ਆ ਔਰ ਮੈਨੂੰ ਖੁਸ਼ੀ ਹੁੰਦੀ ਆ, ਮਾਣ ਮਹਿਸੂਸ ਹੁੰਦਾ ਕਿ ਮੈਂ ਇਸ ਸਭਾ ਦਾ ਮੈਂਬਰ ਹਾਂ। ਆਓ ਮਿਲ ਕੇ ਅੱਜ ਖੁਸ਼ੀ ਦੇ ਮੌਕੇ ਤੇ ਪਰਮਾਤਮਾ ਅੱਗੇ ਅਰਦਾਸ ਕਰੀਏ ਕਿ ਇਸ ਸਭਾ ਨੂੰ ਦਿਨ ਦੁੱਗਣੀ ਰਾਤ ਚੌਗਣੀ ਕਰੇ। ਬਹੁਤ ਬਹੁਤ ਧੰਨਵਾਦ। ਅੱਜ ਅਸੀਂ 6 ਅਕਤੂਬਰ ਦਾ ਦਿਨ ਆ 2024। ਅੱਜ ਇੱਕ ਬਹੁਤ ਹੀ ਭਾਗਾਂ ਭਰਿਆ ਜਿਹੜਾ ਇਹ ਦਿਨ ਆ। ਅੱਜ ਸਰਵ ਨੌਜਵਾਨ ਸਭਾ ਜਿਹੜੀ ਆ ਜਿਹਨਾਂ ਨੂੰ 34 ਸਾਲ ਹੋ ਗਏ ਆ ਸਮਾਜ ਦੇ ਵਿੱਚ ਸੇਵਾ ਕਰਦਿਆਂ, ਅੱਜ ਉਹਨਾਂ ਨੇ ਇੱਥੇ ਜੋ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਆ ਉਹ ਸਮਾਗਮ ਜਿਹੜੇ ਆ ਅੱਜ ਉਹ ਸਟਾਰਟ ਹੋ ਗਏ ਆ। ਔਰ ਮੈਂ ਸਮਝਦਾ ਕਿ ਇਸ ਤਰ੍ਹਾਂ ਦੇ ਜਿਹੜੇ ਸਮਾਗਮ, ਮਾਜ ਸੇਵੀ ਸਮਾਗਮ ਸਪੈਸ਼ਲੀ ਲੜਕੇ ਦੀਆਂ ਸ਼ਾਦੀਆਂ ਕਰਦੇ ਆ, ਇਹ ਬਹੁਤ ਹੀ ਸ਼ਲਾਘਾਯੋਗ ਕਦਮ ਆ। ਔਰ ਇਹ ਸਰਵ ਨੌਜਵਾਨ ਸਭਾ ਜਿਹੜੀ ਆ ਫਗਵਾੜੇ ਦੇ ਵਿੱਚ ਕੰਮ ਕਰਦੀ ਆ, ਇਹ ਸਾਰੇ ਹੀ ਪੰਜਾਬ ਦੇ ਵਿੱਚੋਂ ਲੜਕੇ ਦੀ ਜ਼ਰੂਰਤਮੰਦ ਪਰਿਵਾਰ ਆ ਜਿਹਨਾਂ ਦੀ ਸ਼ਾਦੀ ਕਰਨੀ ਹੁੰਦੀ ਆ ਉਹਨਾਂ ਨੂੰ ਸਕਰੂਟਨਿੰਗ ਕਰਕੇ ਇੱਥੇ ਉਹਨਾਂ ਦੀਆਂ ਸ਼ਾਦੀਆਂ ਕੀਤੀਆਂ ਜਾਂਦੀਆਂ। ਔਰ ਮੈਂ ਸਰਵ ਨੌਜਵਾਨ ਸਭਾ ਨੂੰ ਮੁਬਾਰਕਬਾਦ ਦਿੰਦਾ ਔਰ ਆਸ ਕਰਦਾ ਪਰਮਾਤਮਾ ਅੱਗੇ ਬੇਨਤੀ ਕਰਦਾ ਕਿ ਇਹ ਜਿਹੜੀ ਸਰਵ ਨੌਜਵਾਨ ਸਭਾ ਆ ਇਹ ਇਸੇ ਤਰ੍ਹਾਂ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰੇ ਔਰ ਇਸੇ ਤਰ੍ਹਾਂ ਸਮਾਜ ਸੇਵੀ ਕੰਮਾਂ ਦੇ ਵਿੱਚ ਲੱਗੀ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਪਾਰਟਿਸਪੈਂਟਸ ਅਤੇ ਸਾਰੇ ਨਵੇਂ ਵਿਵਾਹਿਤ ਬੱਚੀਆਂ ਅਤੇ ਬੱਚੇ ਜਿਹੜੇ ਤੁਸੀਂ ਅੱਜ ਸਾਰੇ ਵਿਆਹ ਇੱਥੇ ਕਰਨ ਆਏ ਹੋ, ਬਾਕੀ ਵਿਆਹ ਦਾ ਮਾਹੌਲ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਅਤੇ ਨਾਲ ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਬੇਨਤੀ ਕਰਦਾ ਕਿ ਤੁਹਾਡਾ ਵਿਵਾਹਿਤ ਜੀਵਨ ਬਹੁਤ ਹੀ ਸੁਖਮਈ ਔਰ ਖੁਸ਼ ਰਹੇ। ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ, ਤੁਹਾਡਾ ਬਹੁਤ ਬਹੁਤ ਧੰਨਵਾਦ।